मजिठा थाने अंतर्गत आंदे पिंड नाग कला दे सरकारी सीनियर सैकेंडरी स्कूल विच होई लड़ाई दा यह मामला बीते दिनी 31 मई दा है, जिथे स्कूल विच 12वीं बोर्ड दा प्रैक्टिकल पेपर दे रहा छात्र राजनदीप उपर उसके स्कूल दे कुछ छात्रों वालों तेजधार हथियार नाल पेपर हॉल विच मार कुटाई की गई अते छात्रों नूं जख्मी कर दिता गया। फिल्मी अंदाज विच आए हमलावर छात्रों ते दर्ज FIR मुताबक कुछ अनपछाते मुंडिया वालों पेपर दे रहे होर बच्चियां नूं बाहर कट दिता अते राजनदीप नाल जम के मार कुटाई की गई। CCTV विच दर्ज रिकॉर्डिंग मुताबक महज 3 तो 4 मिनट विच ही सारे माहौल बदल गया। बाद विच स्कूल वालों घायल छात्र नूं नज़दीक दे KS मेमोरियल विच फर्स्ट एड लई भेज दिता गया, जिथे उसके परिवार वालों उस नूं मजीठा दे सरकारी हस्पताल विच ले जाया गया अते उसका इलाज करवाया गया। पुलिस वालों इस ते कार्रवाई करदिया अज मुकदमा 88 दे तहत IPC 160 दे सैक्शन दे तहत 323, 324, 148, 149 के तहत मामला दर्ज कर लिया है अते अगली कार्रवाई लई भेज दिता है। आई विटनेस इंडिया दी खास रिपोर्ट।
ਕੀ ਨਾਮ ਹੈ ਜੀ ਤਾਂ ਸਰ ਮੇਰਾ ਨਾਮ ਰਾਜਨਦੀਪ ਸਿੰਘ ਹੈ ਕਿੱਥੋਂ ਦੇ ਰਹੇ ਹੋ ਮੈਂ ਸਰ ਨਸ਼ਾਰਾ ਪਿੰਡ ਕੀ ਹੋਇਆ ਕੀ ਐਕਚੁਲੀ ਸਰ ਮੈਂ ਪੇਪਰ ਦੇ ਰਿਹਾ ਹਾਂ ਪਿੰਡ ਨਾਕਲਾ ਸਕੂਲ ਦੇ ਵਿੱਚ ਕਿ ਸਰ ਕਾਫੀ ਮੁੰਡਾ ਹੈ 10-15 ਜਾਣੇ ਆ ਆ ਕੇ ਮੇਰੇ ਉੱਤੇ ਹਮਲਾ ਕਰ ਦਿੱਤਾ ਕਾਫੀ ਹਥਿਆਰ ਸੀ ਵੀ ਉਹਨਾਂ ਦੇ ਕੋਲ ਅਤੇ ਮੈਨੂੰ ਆਉਂਦਿਆਂ ਕੁੱਟਣ ਲੱਗ ਪਏ ਪੇਪਰ ਚੱਲਦੇ ਦੇ ਵਿੱਚ ਅਤੇ ਸਰ ਉਹਨਾਂ ਕੋਲ ਰੋਕਾਂ ਵਗੈਰਾ ਰਿਕੋਰਡ ਦਾਤਰੀ ਪਿੱਚ ਕਾਫੀ ਸਾਰਾ ਪਿਆਰ ਲੱਗ ਗਿਆ ਜੋ ਭੱਜਣ ਦਾ ਕੋਈ ਆ ਨਹੀਂ ਸੀ ਕਾਫੀ ਟੀਚਰ ਵੀ ਹੈਗੇ ਉੱਥੇ ਉਹ ਕਾਫੀ ਤਾਦਾਦ ਦੇ ਵਿੱਚ ਹੈਗੇ ਉਹਨਾਂ ਨੇ ਆਉਂਦਾ ਕਿੰਨੇ ਬੰਦੇ ਹੈਗੇ ਬੰਦੇ ਤਾਂ ਹੈਗੇ 10-15 ਕਿਤੇ ਸਕੂਲ ਦੇ ਵਿੱਚ ਹੀ ਹਮਲਾ ਹੋਇਆ ਹਾਂਜੀ ਸਰ ਸਕੂਲ ਦੇ ਵਿੱਚ ਉਹਨੇ ਆ ਕੇ ਸਿੱਧਾ ਤੁਹਾਡੇ ਉੱਤੇ ਹਮਲਾ ਕੀਤਾ ਹਾਂਜੀ ਸਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿੱਧਾ ਆ ਕੇ ਹਮਲਾ ਕਰ ਦਿੱਤਾ ਕੋਈ ਪਛਾਣ 'ਚ ਆਇਆ ਬੰਦਾ ਸਰ 2-3 ਤਾਂ ਸਕੂਲ ਦੇ ਹੈਗੇ ਅਤੇ ਬਾਕੀ ਅਣਪਛਾਤੇ ਸਰ ਅੱਛਾ ਜਿਹੜੇ ਤੋਂ ਬੰਦੇ ਪਛਾਣ 'ਚ ਹੈਗੇ ਆ ਉਹਨਾਂ ਦੇ ਬਾਰੇ ਕੋਈ ਪੁਲਿਸ ਕੰਪਲੇਂਟ ਵਗੈਰਾ ਕਰਾਈ ਆ ਹਾਂਜੀ ਸਰ ਕਰਾਈ ਆ ਕੀ ਕਿਹਾ ਪੁਲਿਸ ਵਾਲਿਆਂ ਨੇ ਅਸੀਂ ਤਾਂ ਸਰ ਕੁਛ ਮੁੰਡੇ ਦੇ ਨਾਲ ਪੜ੍ਹਦੇ ਸੀ ਅਤੇ ਕੁਛ ਅਣਪਛਾਤੇ ਇੱਦਾਂ ਹੀ ਆਏ ਤੇ ਮੇਰੇ ਉੱਤੇ ਹਥਿਆਰਾਂ ਦੇ ਨਾਲ ਟੂਲਦਾਰ ਹਥਿਆਰਾਂ ਮੰਗੀਆਂ ਕਰ ਦਿੱਤੀਆਂ ਮੇਰੇ ਸੱਟਾਂ ਲੱਗ ਗਈਆਂ ਸਕੂਲ ਕਿਹੜਾ ਸੀਗਾ ਸਰ ਗਵਰਨਮੈਂਟ ਸਕੂਲ ਨਾਕਲ ਜਿਹੜਾ ਤੁਹਾਡੇ 'ਤੇ ਹਮਲਾ ਹੋਇਆ ਉਹ ਪੇਪਰ ਚੱਲਦੇ ਹੋਇਆ ਕਿ ਪੇਪਰ ਖਤਮ ਹੋ ਗਿਆ ਸੀ ਸਰ ਚੱਲਦੇ ਪੇਪਰ ਦੇ ਵਿੱਚ ਹੋਇਆ ਪੇਪਰ ਕਰ ਰਹੇ ਸੀ ਅਤੇ ਉੱਥੇ ਕੋਈ ਸਿਕਿਉਰਟੀ ਨਹੀਂ ਸੀਗੀ ਪੁਲਿਸ ਫੋਰਸ ਨਹੀਂ ਹੈਗੀ ਕੋਈ ਪੁਲਿਸ ਫੋਰਸ ਨਹੀਂ ਕੋਈ ਸਿਕਿਉਰਟੀ ਨਹੀਂ ਹੈ ਸੈਂਟਰ 'ਚ ਬਾਹਰ ਕੋਈ ਪੁਲਿਸ ਦਾ ਮੁਲਾਜ਼ਮ ਮੌਜੂਦ ਨਹੀਂ ਸੀ ਪੇਪਰ ਕਾਹਦਾ ਹੋਏਗਾ ਪੇਪਰ ਸਰ ਅਕਾਊਂਟਸ ਦਾ ਸੀਗਾ ਪ੍ਰੈਕਟੀਕਲ जो बंदी कर रही है सटा नोट कर लिया इन्हों का परचा दर्ज कर दिता है ਬਾਕੀ ਇਹਨਾਂ ਦੇ ਐਕਸਰੇ ਵਗੈਰਾ ਕੱਲ੍ਹ ਕਰਵਾਵਾਂਗੇ ਅਤੇ ਥਾਣੇ ਇਹਨਾਂ ਦੇ ਯੂ ਐਮ ਐਲ ਆਰ ਉਹ ਭੇਜ ਦਾਂਗੇ ਅੱਗੇ ਅਗਲੀ ਬੰਦੀ ਕਰਵਾਈ ਜੋ ਵੀ ਉਸ ਤੋਂ ਬਾਅਦ ਕਿੰਨੀ ਸੱਟਾਂ ਨੇ ਇਹਨਾਂ ਦੀਆਂ ਸੱਟਾਂ 3-4 ਜਿਹੀਆਂ ਨੋਟ ਕੀਤੀਆਂ ਗਈਆਂ ਉਹ ਐਮ ਐਲ ਆਰ ਦੇ ਵਿੱਚ ਦਰਜ ਨੇ ਸਾਰੀਆਂ ਉਹ ਪੁਲਿਸ ਵਾਲਿਆਂ ਨੂੰ ਲਿਖ ਕੇ ਭੇਜ ਦਾਂਗੇ ਕੋਈ ਕਾਟਪੁਰ ਦਾ ਮਤਲਬ ਕਿੰਨਾ ਕਿੰਚ ਕੀ ਜਿਹੜਾ ਜ਼ਿਆਦਾ ਕੱਟ ਸੀ ਇਹਨਾਂ ਦਾ ਸ਼ਾਰਪ ਹੈਗਾ ਇੱਕ ਕਿ ਤੇਜ਼ ਤਾਂ ਜਿਹੜੇ ਸ਼ਾਰਪ ਹਥਿਆਰ ਨਾਲ ਲੱਗੀ ਜਿਹੜਾ ਜਿਹੜਾ ਇਹਦਾ ਤੇ ਉਹ ਲਿਖਿਆ ਹੋਇਆ ਸਾਰੀ ਮਿੰਤੀ ਜੀ ਸਟਿਚ ਵਗੈਰਾ ਕੋਈ ਸਟਿਚ ਕੀਤੇ ਆ ਕਿੰਨੇ ਕਿ ਸਟਿਚ ਹੋ ਗਏ ਕਿੰਨੇ ਕ ਟਾਂਕੇ ਲੱਗੇ ਤਕਰੀਬਨ 7-8 ਟਾਂਕੇ ਲੱਗੇ ਕੰਡੀਸ਼ਨ ਕਿਹੋ ਜੀ ਉਹਦਾ ਸਟੋਕ ਸਟੇ ਹੋ ਇਸ ਸਟੇਬਲ ਹੈ ਜੀ ਹੁਣ ਪਹਿਲਾਂ ਬਿਲਡਿੰਗ ਹੋਣ ਲਈ ਹੁਣ ਠੀਕ ਹੈ ਮਤਲਬ ਅਜੀ ਮੈਮ ਕੱਲ੍ਹ ਇੱਕ ਸਕੂਲ ਦੇ ਵਿੱਚ ਸਵਾ ਕੇ ਕੋਈ ਨਾ ਇੱਕ ਇੰਸੀਡੈਂਟ ਹੋਇਆ ਜਿਹਦੇ ਵਿੱਚ ਬੱਚੇ ਨੂੰ ਛੁਰੀ ਨੇ ਮਾਰ ਕੇ ਘਾਇਲ ਕੀਤਾ ਗਿਆ ਹੈ ਕੀ ਇਸ ਰੀਜ਼ਨ ਕੀ ਇੰਸੀਡੈਂਟ ਕੀ ਹੋਇਆ ਹੈ ਜਾ ਕੇ ਦੇਖਿਆ ਇਸ ਤਰ੍ਹਾਂ ਕੁਛ ਸ਼ਰਾਰਤੀ ਅਨਸਰ ਸਟੂਡੈਂਟ ਦਾ ਕਿਸੇ ਬਾਹਰੋਂ ਹੀ ਆਏ ਸੀ ਉਹਨਾਂ ਦੀ ਸ਼ਨਾਖਤ ਸਾਡੇ ਕੋਲ ਨਹੀਂ ਹੈ ਆ ਕੇ ਉਹਨਾਂ ਨੇ ਬੱਚੇ 'ਤੇ ਹਮਲਾ ਕੀਤਾ ਅਤੇ ਸਕੂਲ ਤੋਂ ਬਾਹਰ ਚਲੇ ਜਿਸ ਤਰ੍ਹਾਂ ਹੀ ਅਸੀਂ ਪਹੁੰਚੇ ਸੀ ਪੁਲਿਸ ਨੂੰ ਕਾਲ ਕੀਤੀ ਪੁਲਿਸ ਨੇ ਆ ਕੇ ਉਹਨਾਂ ਨੂੰ ਫਸਟ ਏਡ ਦਿੱਤੀ ਅਤੇ ਬਾਕੀ ਤੁਹਾਨੂੰ ਸਾਰੀ ਗੱਲ ਅੱਜ ਤੋਂ ਪਤਾ ਲੱਗ ਸਕਦੀ ਹੈ ਹਥਿਆਰ ਕੀ ਜੋ ਸੀਗਾ ਉਹ ਪੁਲਿਸ ਨੇ ਕਬਜ਼ੇ 'ਚ ਕਰ ਲਿਆ ਮੈਮ ਸਕੂਲ ਵੱਲੋਂ ਕੀ ਇੰਸੀਡੈਂਟ ਚੁੱਕਿਆ ਗਿਆ ਇੱਧਰ ਹਾਂਜੀ ਸਰ ਬੀਤੇ ਦਿਨ ਨਾਕਲਾ ਸਕੂਲ ਦੇ ਵਿੱਚ ਇੱਕ ਲੜਾਈ ਹੋਈ ਸੀ ਕੀ ਮਸਲਾ ਕੀ ਹੈ ਸਰ ਉਹਦੀ ਪੇਪਰ ਦੇ ਦੌਰਾਨ ਉੱਥੇ ਉਹਨਾਂ ਮੁੰਡਿਆਂ ਨੇ ਕੁਛ ਪਿੰਡ ਦੇ ਮੁੰਡੇ ਸੀ ਕੁਛ ਬਾਹਰੋਂ ਆ ਕੇ ਉਹਨਾਂ ਗੁੰਡਾਗਰਦੀ ਕੀਤੀ ਹੈ ਮੁੰਡੇ ਨੇ ਸੱਟਾਂ ਲਾਈਆਂ ਅਤੇ ਐਮ ਐਲ ਆਰ ਜਿਹੜੀ ਸੇਵ ਹੋ ਚੁੱਕੀ ਆ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਹੈ ਉਹ ਕੀਤੀ ਜਾਊਗੀ
ਤੇ ਜਿਹੜੀ ਉਹਨੂੰ ਲਾਇਆ ਲੜਾਈ ਹੋਈ ਆ ਉਹਦੇ 'ਚ ਕੀ ਇੰਜਰੀ ਕਿੰਨੀ ਕੁ ਆ ਉਹਦੇ ਵਿੱਚ ਐਮ ਐਲ ਆਰ ਦੇ ਵਿੱਚ ਕੀ ਆਇਆ ਸਰ ਉਹਦੇ ਐਮ ਐਲ ਆਰ ਦੇ ਵਿੱਚ ਦੋ ਸੱਟਾਂ ਬਲੰਟ ਆਈਆਂ ਦੋ ਸ਼ਾਰਪ ਆਈਆਂ ਅਤੇ ਜੋ ਵੀ ਕਾਰਵਾਈ ਕਰ ਕਰ ਦਿੱਤੀ ਜਾਊ ਕਿੰਨੇ ਕੁ ਬੰਦੇ ਸਰ ਇਸ ਲੜਾਈ ਦੇ ਵਿੱਚ ਲੜਾਈ ਦੇ ਵਿੱਚ ਤਾਂ ਜਿਹੜੇ ਉਹਨੇ ਸਟੇਟਮੈਂਟ ਦਿੱਤੀ ਆ ਮੁੰਡੇ ਨੇ ਲੜਕੇ ਨੇ ਉਹਦੇ ਵਿੱਚ ਤਾਂ ਉਹਨੇ ਛੇ ਬੰਦੇ ਲਿਖਾਏ ਆ ਜੀ ਕੁਛ ਅਣ ਪਛਾਤੇ ਵੀ ਹੈਗੇ ਆ ਨਾਮਜ਼ਦ ਨੇ ਹਾਂ ਛੇ ਬੰਦੇ ਨਾਮਜ਼ਦ ਕੀਤੇ ਉਹਨੇ ਵਿੱਚ ਉਹਦੇ ਅਤੇ ਬਾਕੀ ਜਿਹੜੇ ਉਹਨੇ ਅਨਨੋਨ ਪਰਸਨ ਜਿਹੜੇ ਦੱਸੇ ਆ ਇਹ ਵੈਰੀਫਾਈ ਕੀਤਾ ਜਾਊਗਾ ਕਿਹੜੇ ਕਿਹੜੇ ਨਾਲ ਹੈਗੇ ਸੀਗੇ ਹੋਰ ਨਾਮਜ਼ਦ ਕਰਕੇ ਜਿਹੜੇ ਨਾਮਜ਼ਦ ਉਹ ਪਿੰਡ ਨਾਗ ਕਲਾਂ ਦੇ ਪੁਲਿਸ ਵੱਲੋਂ ਅਜੇ ਤੱਕ ਕੋਈ ਇਸ ਨੂੰ ਗ੍ਰਿਫਤਾਰੀ ਵਗੈਰਾ ਕੁਛ ਕੀਤਾ ਗਿਆ ਨਹੀਂ ਜੀ ਉਹਨਾਂ ਸਟੇਟਮੈਂਟ ਲਈ ਆ ਐਫ ਆਈ ਆਰ ਲੌਜ ਹੋਈ ਉਹ ਤੋਂ ਬਾਅਦ ਗ੍ਰਿਫਤਾਰੀ ਹੋਊਗੀ ਅਤੇ ਸਕੂਲ ਪ੍ਰਸ਼ਾਸਨ ਕੀ ਕਹਿ ਰਿਹਾ ਇਸ ਮਸਲੇ 'ਚ ਪੁਲਿਸ ਪ੍ਰਸ਼ਾਸਨ ਇਹੋ ਕਹਿ ਰਿਹਾ ਠੀਕ ਹੈ ਜੋ ਬਣਦੀ ਕਾਰਵਾਈ ਸਾਡੇ ਕੀਤੀ ਜਾਊਗੀ ਸਕੂਲ ਪ੍ਰਸ਼ਾਸਨ ਹਾਂਜੀ ਸਕੂਲ ਵਾਲੇ ਸਕੂਲ ਵਾਲਿਆਂ ਨੇ ਵੀ ਨਾਲ ਸਾਨੂੰ ਲਿਖ ਕੇ ਦਿੱਤਾ ਹੋਇਆ ਕਿ ਇਹਨਾਂ ਨੇ ਸਕੂਲ ਦੇ ਵਿੱਚ ਔਨ ਡਿਊਟੀ ਪੇਪਰ ਦੌਰਾਨ ਇਹਨਾਂ ਨੇ ਪੇਪਰ ਹੋ ਰਿਹਾ ਸੀਗਾ ਅਤੇ ਜਿਹੜਾ ਆਏ ਨੇ ਪੰਜ ਛੇ ਜਣੇ ਅਤੇ ਬੱਚੇ ਨੂੰ ਸਕੂਲ 'ਚੋਂ ਕੱਢ ਕੇ ਪੇਪਰ ਦਿੰਦੇ ਉਹਨੇ ਕੁੱਟਮਾਰ ਕੀਤੀ ਹੈ ਅਤੇ ਉਹਨਾਂ ਨੇ ਵੀ ਰਿਟਰਨ ਸਾਨੂੰ ਦਿੱਤਾ ਇੱਕ ਸੀਸੀਟੀਵੀ ਵੀ ਬਾਹਰ ਆਈ ਆ ਜਿਹਦੇ ਵਿੱਚ ਕਾਫੀ ਮਾਰ ਕੁਟਾਈ ਕੀਤੀ ਕਾਫੀ ਜ਼ਖਮੀ ਕੀਤਾ ਗਿਆ ਮੁੰਡੇ ਨੂੰ ਹਾਂਜੀ ਹਾਂਜੀ ਸਟੇਟਮੈਂਟ ਲੈ ਲਈ ਉਹਦੀ ਲੜਕੇ ਦੀ ਅਤੇ ਐਫ ਆਈ ਆਰ ਹੋਣੀ ਹੋਣੀ ਹੈ ਜੀ